ਲਓ ਜੀ, ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਥਾਰ। ਸੋ ਇਹ ਆ ਗਿਆ ਜੀ 22 ਮਾਡਲ ਔਰ ਸਿਰਫ 25,000 ਕਿਲੋਮੀਟਰ ਚੱਲੀ ਹੋਈ ਔਰ ਫੁੱਲ ਤਿਆਰ। ਚੈੱਕ ਕਰੋ ਜੀ, ਗ੍ਰਿਲ ਚੇਂਜ ਆ ਔਰ ਅਲਾਈਟਰ ਨਾਲ ਐਕਸਟਰਾ ਲੱਗੇ ਹੋਏ ਆ ਜੀ। ਲਓ ਜੀ, ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਜੀ ਵਰਨਾ ਔਰ ਨਿਊ ਸ਼ੇਪ ਆ ਗਈ ਹੈ ਜੀ, ਚੈੱਕ ਕਰੋ। ਸੋ ਮਾਡਲ ਆ ਗਿਆ ਜੀ 23 ਔਰ ਬਹੁਤ ਹੀ ਸੋਹਣੀ ਗੱਡੀ ਦੀ ਲੁੱਕ ਆ। ਲਓ ਜੀ, ਮੇਰੇ ਵੀਰਾਂ ਲਈ ਅੱਗੇ ਲੈ ਕੇ ਆ ਗਏ ਜੀ ਸਵਿਫਟ। ਸੋ ਇਹ ਆ ਗਿਆ ਜੀ 23 ਮਾਡਲ ZXI ਵਾਲਾ ਵੇਰੀਅੰਟ, ਪੁਸ਼ ਬਟਨ ਸਟਾਰਟ, ਸਿਰਫ 3,000 ਕਿਲੋਮੀਟਰ ਚੱਲੀ ਹੋਈ। ਲਓ ਜੀ, ਅੱਗੇ ਆ ਗਈ ਮੇਰੇ ਵੀਰਾਂ ਵਾਸਤੇ ਸਕੋਰਪੀਓ ਕਲਾਸਿਕ S11। ਸੋ ਇਹ ਆ ਗਿਆ ਜੀ 24 ਮਾਡਲ ਔਰ ਚੈੱਕ ਕਰੋ ਗੱਡੀ ਦੀ ਲੁੱਕ ਔਰ ਟੌਪ ਵਾਲਾ ਵੇਰੀਅੰਟ, ਐਕਸਟਰਾ ਲਾਈਟਰ ਗੱਡੀ ਨੂੰ ਲੱਗੇ ਹੋਏ ਆ ਜੀ। ਅੱਗੇ ਆ ਗਈ ਹੈ ਜੀ ਸਕਾਰਪੀਓ S11 24 ਮਾਡਲ ਔਰ ਬਲੈਕ ਕਲਰ ਵਿੱਚ ਆ ਗਈ ਮੇਰੇ ਵੀਰਾਂ ਲਈ ਲੈ ਕੇ ਆ ਗਏ ਹਾਂ ਔਰ ਟੌਪ ਵਾਲਾ ਵੇਰੀਅੰਟ ਆ ਜੀ। ਲਓ ਜੀ, ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਜੀ XUV 500। ਸੋ ਚੈੱਕ ਕਰੋ ਜੀ, ਬਿਲਕੁਲ ਨਵੀਂ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਔਰ PV07। ਲਓ ਜੀ, ਅੱਗੇ ਆ ਗਈ ਆ ਜੀ ਕਰੇਟਾ। ਸੋ ਇਹ ਆ ਗਿਆ ਜੀ 20 ਮਾਡਲ EX ਵੇਰੀਅੰਟ ਔਰ ਚੈੱਕ ਕਰੋ ਜੀ ਬਲੈਕ ਕਲਰ ਦੇ ਵਿੱਚ। ਜਾਂ ਵਾਸਤੇ ਲੈ ਕੇ ਆ ਗਏ ਜੀ ਵੈਨਿਊ। ਸੋ ਇਹ ਆ ਗਿਆ ਜੀ 22 ਮਾਡਲ, ਸਿਰਫ 9,100 ਚੱਲੀ ਹੋਈ ਔਰ ਟੌਪ ਵਾਲਾ ਵੇਰੀਅੰਟ। ਲਓ ਜੀ, ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਫਰੋਂਕਸ। ਸੋ ਇਹ ਆ ਗਿਆ ਜੀ ਡੈਲਟਾ ਪਲੱਸ ਵਾਲਾ ਵੇਰੀਅੰਟ ਔਰ 23 ਮਾਡਲ ਔਰ ਚੈੱਕ ਕਰੋ ਗੱਡੀ ਦੀ ਲੁੱਕ। ਲਓ ਜੀ, ਅੱਗੇ ਬਲੈਕ ਕਲਰ ਦੇ ਵਿੱਚ XUV 500 ਆ ਗਈ। ਸੋ ਇਹ ਆ ਗਿਆ ਜੀ 12 ਮਾਡਲ ਔਰ ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਮੈਂ ਤੁਹਾਡਾ ਆਪਣਾ ਅੰਮ੍ਰਿਤਪਾਲ ਸੂਦ ਜੀ ਭੰਡਾਰੀ ਕਾਰ ਬਾਜ਼ਾਰ ਤੋਂ ਜੀ। ਸੋ ਤੁਹਾਡਾ ਵੀਰ ਅੱਜ ਤੁਹਾਡੇ ਲਈ ਲੈ ਕੇ ਆ ਗਿਆ ਜੀ ਫਿਰ ਤੋਂ ਨਵੀਆਂ ਨਵੀਆਂ ਕਾਰਾਂ ਦਾ ਸਟਾਕ। ਸੋ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਵਰਨਾ, XUV, ਸਵਿਫਟ ਔਰ ਹੋਰ ਵੀ ਜਿਹੜੀਆਂ ਨਵੀਆਂ ਆਈਆਂ, ਥਾਰ ਵੀ ਦਿਖਾਵਾਂਗੇ ਜੀ। ਔਰ ਪੂਰਾ ਵਲੌਗ ਦੇਖਿਓ ਮੇਰੇ ਵੀਰ ਭਰਾ, ਸਕਿਪ ਨਾ ਕਰਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਯਾਰ। ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਜੀ। ਲਓ ਜੀ, ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਜੀ ਵਰਨਾ ਔਰ ਨਿਊ ਸ਼ੇਪ ਆ ਗਈ ਹੈ ਜੀ, ਚੈੱਕ ਕਰੋ। ਸੋ ਮਾਡਲ ਆ ਗਿਆ ਜੀ 23 ਔਰ ਬਹੁਤ ਹੀ ਸੋਹਣੀ ਗੱਡੀ ਦੀ ਲੁੱਕ ਆ, ਬਿਲਕੁਲ ਨਵੀਂ ਕੰਡੀਸ਼ਨ ਦੀ ਫਸਟ ਓਨਰ ਦੀ ਬ੍ਰੈਂਡ ਨਿਊ ਕਾਰ ਜੀ। ਔਰ ਚੈੱਕ ਕਰੋ ਜੀ SX ਵੇਰੀਅੰਟ 23 ਮਾਡਲ, ਸਿਰਫ 10,000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੇ ਵਿੱਚ ਔਰ ਰੇਟ ਗੱਡੀ ਦਾ ਹੈਗਾ ਜੀ 12,50,000। ਮੇਰੇ ਵੀਰਾਂ ਨੂੰ 12,30,000 ਰੁਪਏ ਦੀ ਕਾਰ ਦੇ ਦੇਵਾਂਗੇ ਜੀ। ਬਾਕੀ ਚੈੱਕ ਕਰੋ ਸਾਰੀ ਕਾਰ ਓਰਿਜਨਲ, ਡੋਰ ਵਾਈਜ਼ਰ ਲੱਗੇ ਹੋਏ ਆ ਜੀ ਔਰ ਸੀਟ ਕਵਰ ਲੱਗੇ ਹੋਏ, ਮੈਟਿੰਗ ਪੁਸ਼ ਬਟਨ ਸਟਾਰਟ ਵਾਲਾ ਵੇਰੀਅੰਟ ਔਰ ਮੈਨੂਅਲ ਦੇ ਵਿੱਚ ਕਾਰ ਆ ਸਾਰੀ, ਬਿਲਕੁਲ ਬੰਪਰ ਟੂ ਬੰਪਰ ਓਰਿਜਨਲ ਔਰ ਨੀਟ ਐਂਡ ਕਲੀਨ ਕਾਰ ਆ ਜੀ ਫਸਟ ਓਨਰ ਦੀ। ਔਰ ਚੈੱਕ ਕਰੋ ਬੈਕ ਤੋਂ ਗੱਡੀ ਦੀ ਕੰਡੀਸ਼ਨ ਜੀ ਔਰ ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ ਆ ਜੀ, ਬਿਲਕੁਲ ਬ੍ਰੈਂਡ ਨੂੰ ਫਸਟ ਓਨਰ ਦੀ, ਬੰਪਰ ਟੂ ਬੰਪਰ ਸਾਰੀ ਓਰਿਜਨਲ ਔਰ 1.5 ਟਰਬੋ ਵਾਲਾ ਵੇਰੀਅੰਟ। ਔਰ ਨੰਬਰ ਚੈੱਕ ਕਰੋ ਗੱਡੀ ਦਾ ਜੀ PV 65BF 99 84 ਲੱਗਾ ਹੋਇਆ ਜੀ ਕਾਰ ਨੂੰ ਨੰਬਰ ਔਰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਜੀ ਔਰ ਮੇਰੇ ਵੀਰਾਂ ਨੂੰ ਵਧੀਆ ਰੇਟ 'ਤੇ ਦੇਵਾਂਗੇ ਜੀ 12,30,000 ਰੁਪਏ ਦੀ ਕਾਰ ਦੇ ਦੇਵਾਂਗੇ ਔਰ 23 ਮਾਡਲ ਆ, ਟੌਪ ਵਾਲਾ ਵੇਰੀਅੰਟ SX ਵੇਰੀਅੰਟ ਹੈ ਜੀ। ਔਰ ਚੱਲਦੇ ਹਾਂ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਕੇ। ਲਓ ਜੀ, ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਥਾਰ। ਸੋ ਇਹ ਆ ਗਿਆ ਜੀ 22 ਮਾਡਲ ਔਰ ਸਿਰਫ 25,000 ਕਿਲੋਮੀਟਰ ਚੱਲੀ ਹੋਈ ਔਰ ਫੁੱਲ ਤਿਆਰ। ਚੈੱਕ ਕਰੋ ਜੀ, ਗ੍ਰਿਲ ਚੇਂਜ ਆ ਔਰ ਅਲਾਈਟਰ ਨਾਲ ਐਕਸਟਰਾ ਲੱਗੇ ਹੋਏ ਆ ਜੀ ਔਰ ਨੰਬਰ ਵੀ ਪੇੜ ਲੱਗਾ ਹੋਇਆ ਜੀ PV 39J0026 ਔਰ ਸਾਰੀ ਕਾਰ ਓਰਿਜਨਲ ਸਾਫ਼ ਕਾਰ ਆ ਔਰ ਅਲਾਈਟਰ ਦੇਖੋ ਜੀ ਬਹੁਤ ਹੀ ਸੋਹਣੇ ਅਲਾਈਟਰ ਲੱਗੇ ਹੋਏ ਆ ਜੀ ਔਰ ਆਟੋਮੈਟਿਕ ਵਾਲਾ ਵੇਰੀਅੰਟ। ਚੈੱਕ ਕਰੋ ਰੇਟ ਲਿਸਟ 22 ਮਾਡਲ, 25,000 ਕਿਲੋਮੀਟਰ ਚੱਲੀ ਹੋਈ, 15,35,000 ਰੁਪਏ ਦੀ ਕਾਰ ਆ ਜੀ ਔਰ ਮੇਰੇ ਵੀਰਾਂ ਨੂੰ 15,20,000 ਰੁਪਏ ਦੀ ਕਾਰ ਦੇਵਾਂਗੇ ਜੀ। ਔਰ ਚੈੱਕ ਕਰੋ ਗੱਡੀ ਦਾ ਇੰਟੀਰੀਅਰ ਜੀ, ਸੀਟ ਕਵਰ ਲੱਗੇ ਆ, 70 ਮੈਟ ਲੱਗੇ ਆ ਔਰ AC ਵੈਂਟਸ ਵੀ ਚੇਂਜ ਆ ਜੀ, ਚੈੱਕ ਕਰ ਸਕਦੇ ਮੇਰੇ ਵੀਰ ਭਰਾ ਜੀ। ਔਰ ਸਾਰੀ ਓਰਿਜਨਲ ਔਰ ਆਟੋਮੈਟਿਕ ਵਾਲਾ ਵੇਰੀਅੰਟ 4x4 ਦੇ ਵਿੱਚ ਔਰ ਬਿਲਕੁਲ ਨੀਟ ਐਂਡ ਕਲੀਨ ਕਾਰ ਆ, ਸਾਫ਼ ਕਾਰ ਆ ਜੀ ਫਸਟ ਓਨਰ ਦੀ, ਵਧੀਆ ਰੇਟ 'ਤੇ ਮੇਰੇ ਵੀਰਾਂ ਨੂੰ ਦੇ ਦੇਵਾਂਗੇ ਜੀ ਔਰ ਬਹੁਤ ਹੀ ਸੋਹਣੀ ਕਾਰ ਦੀ ਲੁੱਕ ਆ, ਚੈੱਕ ਕਰ ਸਕਦੇ ਹੋ ਬੈਕ ਲੁੱਕ ਕਾਰ ਦੀ ਜੀ ਔਰ ਨੰਬਰ PV 39J0026, ਨੰਬਰ ਵੀ ਪੇਟ ਲੱਗਾ, ਸਾਰੀ ਕਾਰ ਸਾਫ਼ ਓਰਿਜਨਲ ਬੰਪਰ ਟੂ ਬੰਪਰ ਸਾਰੀ। ਔਰ ਅੱਗੇ ਚੱਲਦੇ ਹਾਂ ਜੀ ਮੇਰੇ ਵੀਰਾਂ ਨੂੰ ਲੈ ਕੇ।
ਲਓ ਜੀ ਮੇਰੇ ਵੀਰਾਂ ਲਈ ਅੱਗੇ ਲੈ ਕੇ ਆ ਗਏ ਜੀ ਸਵਿਫਟ। ਸੋ ਇਹ ਆ ਗਿਆ ਜੀ 23 ਮਾਡਲ ZXI ਵਾਲਾ ਵੇਰੀਐਂਟ, ਪੁਸ਼ ਬਟਨ ਸਟਾਰਟ, ਸਿਰਫ 3000 ਕਿਲੋਮੀਟਰ ਚੱਲੀ ਹੋਈ ਔਰ ਸਾਰੀ ਕਾਰ ਓਰਿਜਨਲ ਫਸਟ ਓਨਰ ਦੀ ਕਾਰ ਆ ਜੀ। ਚੈੱਕ ਕਰੋ ਮੇਰੇ ਵੀਰ ਭਰਾ, 8,50,000 ਗੱਡੀ ਦੀ ਪ੍ਰਾਈਸ ਲਿਸਟ ਆ ਜੀ ਔਰ ਟੌਪ ਮਾਡਲ ਆ ਮੇਰੇ ਵੀਰਾਂ ਨੂੰ 8,30,000 ਰੁਪਏ 'ਚ ਕਾਰ ਦੇਵਾਂਗੇ। ਔਰ ਚੈੱਕ ਕਰੋ ਗੱਡੀ ਦਾ ਇੰਟੀਰੀਅਰ, ਅੰਦਰੋਂ ਪੁਸ਼ ਬਟਨ ਸਟਾਰਟ ਆ ਜੀ ਔਰ ਸੀਟ ਕਵਰ ਲੱਗੇ, 70 ਮੈਟ ਲੱਗੇ ਹੋਏ ਆ ਔਰ ਸਕਰੀਨ ਵਿੱਚ ਲੱਗੀ ਹੋਈ ਹੈ ਜੀ। ਚੈੱਕ ਕਰ ਸਕਦੇ ਮੇਰੀ ਵੀਰ ਭਰਾ ਜੀ, ਸਾਰੀ ਕਾਰ ਸਾਫ਼, ਬਿਲਕੁਲ ਓਰਿਜਨਲ, ਬੰਪਰ ਟੂ ਬੰਪਰ ਨੀਟ ਐਂਡ ਕਲੀਨ ਕਾਰ ਆ ਜੀ ਔਰ ਬੰਪਰ ਟੂ ਬੰਪਰ ਭੰਡਾਰੀ ਕਾਰ ਵੱਲੋਂ ਗਰੰਟੀ ਹੈ। ਬਾਕੀ ਚੈੱਕ ਕਰੋ ਜੀ, ਅਲਾਏ ਲੱਗੇ ਹੋਏ ਆ ਨਾ ਕੰਪਨੀ ਵੱਲੋਂ ਜੀ ਔਰ ਬੈਕ ਲੁੱਕ ਦੇ ਸਕਦੇ ਹੋ ਸਵਿਫਟ ਦੀ ਔਰ ਨੰਬਰ ਲੱਗਾ ਜੀ PB07CE9461 ਕਾਰ ਨੂੰ ਲੱਗਾ ਹੋਇਆ ਨੰਬਰ ਔਰ ਸਾਰੀ ਕਾਰ ਓਰਿਜਨਲ ਬਿਲਕੁਲ ਬ੍ਰੈਂਡ ਨਿਊ। ਮੇਰੇ ਵੀਰਾਂ ਨੂੰ 8,30,000 ਰੁਪਏ 'ਚ ਕਾਰ ਦੇਵਾਂਗੇ, ਟੌਪ ਮਾਡਲ ਆ ZXI ਵਾਲਾ ਜੀ ਔਰ ਚੱਲਦੇ ਹਾਂ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਕੇ ਜੀ। ਸੋ ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਜੀ XUV500। ਸੋ ਚੈੱਕ ਕਰੋ ਜੀ, ਬਿਲਕੁਲ ਨਵੀਂ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਔਰ PB07 ਹੁਸ਼ਿਆਰਪੁਰ ਦਾ ਲੱਗਾ ਹੋਇਆ ਨੰਬਰ ਜੀ, ਸਾਰੀ ਓਰਿਜਨਲ ਕਾਰ ਆ ਜੀ ਔਰ 16 ਮਾਡਲ ਆ ਜੀ ਔਰ ਚੈੱਕ ਕਰੋ ਜੀ, 72,000 ਕਿਲੋਮੀਟਰ ਚੱਲੀ ਹੋਈ, 8,50,000 ਗੱਡੀ ਦੀ ਪ੍ਰਾਈਸ ਲਿਸਟ ਆ ਔਰ 8,30,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ ਜੀ। ਔਰ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਜੀ, ਅੰਦਰੋਂ ਸਾਰੀ ਕਾਰ ਬਿਲਕੁਲ ਓਰਿਜਨਲ ਸਾਫ਼ ਕਾਰ ਆ, ਸੀਟ ਕਵਰ ਲੱਗੇ ਹੋਏ ਆ, ਮੈਨੂਅਲ ਦੇ ਵਿੱਚ ਕਾਰ ਆ ਔਰ ਬੰਪਰ ਟੂ ਬੰਪਰ ਸਾਰੀ ਕਾਰ ਓਰਿਜਨਲ ਬਿਲਕੁਲ ਸਾਫ਼ ਕਾਰ, ਨੀਟ ਐਂਡ ਕਲੀਨ ਕਾਰ ਖੜੀ ਆ ਜੀ ਆਪਣੇ ਕੋਲ ਔਰ ਬਹੁਤ ਹੀ ਸੋਹਣਾ ਗੱਡੀ ਦਾ ਇੰਟੀਰੀਅਰ ਹੈ ਜੀ। ਬਾਕੀ ਬੈਕ ਤੋਂ ਲੁੱਕ ਚੈੱਕ ਕਰ ਸਕਦੇ ਹੋ, W6 ਵਾਲਾ ਵੇਰੀਐਂਟ ਔਰ ਨੰਬਰ ਪੂਰਾ ਨੋਟ ਕਰੋ ਜੀ, PB07AZ6602 ਲੱਗਾ ਹੋਇਆ ਜੀ ਕਾਰ ਨੂੰ ਨੰਬਰ ਔਰ ਸਾਰੀ ਕਾਰ ਓਰਿਜਨਲ ਬਿਲਕੁਲ ਫਸਟ ਓਨਰ ਦੀ ਕਾਰ ਹੈ ਜੀ ਔਰ ਮੇਰੇ ਵੀਰਾਂ ਨੂੰ ਵਧੀਆ ਰੇਟ 'ਤੇ ਦੇਵਾਂਗੇ ਜੀ। 8,50,000 ਗੱਡੀ ਦੀ ਪ੍ਰਾਈਸ ਲਿਸਟ ਆ ਔਰ 8,30,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇ ਦੇਵਾਂਗੇ ਜੀ। ਸਾਰੀ ਕਾਰ ਸਾਫ਼ ਆ ਔਰ ਚੱਲਦੇ ਹਾਂ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਕੇ ਜੀ। ਲਓ ਜੀ ਅੱਗੇ ਆ ਗਈ ਆ ਜੀ ਕਰੇਟਾ। ਸੋ ਇਹ ਆ ਗਿਆ ਜੀ 20 ਮਾਡਲ EX ਵੇਰੀਐਂਟ ਔਰ ਚੈੱਕ ਕਰੋ ਜੀ ਬਲੈਕ ਕਲਰ ਦੇ ਵਿੱਚ ਔਰ ਸਾਰੀ ਕਾਰ ਓਰਿਜਨਲ ਸਾਫ਼ ਕਾਰ ਆ ਔਰ ਚੈੱਕ ਕਰ ਸਕਦੇ ਹੋ ਡੀਜ਼ਲ ਦੇ ਵਿੱਚ ਵੇਰੀਐਂਟ ਆ 20 ਮਾਡਲ ਔਰ 24,000 ਕਿਲੋਮੀਟਰ ਚੱਲੀ ਹੋਈ, 11,75,000 ਗੱਡੀ ਦੀ ਪ੍ਰਾਈਸ ਲਿਸਟ ਆ। ਮੇਰੇ ਵੀਰਾਂ ਨੂੰ 11,50,000 ਰੁਪਏ ਦੀ ਕਾਰ ਦੇ ਦੇਵਾਂਗੇ ਜੀ। ਉਹ ਚੈੱਕ ਕਰੋ ਜੀ, ਕ੍ਰੋਮ ਲੱਗੀ ਹੋਈ ਆ ਔਰ ਡੋਰ ਵਾਈਜ਼ਰ ਲੱਗੇ ਹੋਏ ਆ, ਬਾਕੀ ਡੈਂਪਿੰਗ ਵੀ ਹੋਈ ਹੋਈ ਆ ਜੀ ਬਾਰੀਆਂ 'ਤੇ ਔਰ ਸੀਟ ਕਵਰ ਵਿੱਚ ਲੱਗੇ ਹੋਏ ਜੀ। ਚੈੱਕ ਕਰ ਸਕਦੇ ਹੋ ਮੈਨੂਅਲ ਦੇ ਵਿੱਚ ਕਾਰ ਆ, ਸਕਰੀਨ ਵੀ ਵਿੱਚ ਲੱਗੀ, ਬੈਕ ਕੈਮਰਾ ਵੀ ਲੱਗਾ ਹੋਇਆ, ਸਾਰੀ ਤਿਆਰ ਹੋਈ ਆ ਜੀ ਫੁੱਲ ਔਰ ਬਹੁਤ ਹੀ ਸੋਹਣੀ ਗੱਡੀ ਦਾ ਇੰਟੀਰੀਅਲ ਹੈ ਜੀ ਔਰ ਫਸਟ ਓਨਰ ਦੀ ਕਾਰ ਆ ਬਿਲਕੁਲ ਓਰਿਜਨਲ, ਸਾਰੀ ਬੰਪਰ ਟੂ ਬੰਪਰ ਔਰ ਨੰਬਰ ਲੱਗਾ ਜੀ ਲੋਕਲ PB07VW7606 ਲੱਗਾ ਹੋਇਆ ਕਾਰ ਨੂੰ ਨੰਬਰ ਔਰ ਪੂਰੀ ਕਾਰ ਓਰਿਜਨਲ ਸਾਫ਼ ਕਾਰ ਆ ਔਰ ਚੱਲਦੇ ਹਾਂ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਗਏ ਜੀ। ਲਓ ਜੀ ਅੱਗੇ ਬਲੈਕ ਕਲਰ ਦੇ ਵਿੱਚ XUV500 ਆ ਗਈ। ਸੋ ਇਹ ਆ ਗਿਆ ਜੀ 12 ਮਾਡਲ ਔਰ ਚੈੱਕ ਕਰੋ ਗੱਡੀ ਦੀ ਲੁੱਕ, ਬਿਲਕੁਲ ਸਾਫ਼ ਓਰਿਜਨਲ ਕਾਰ ਜੀ ਔਰ 1,45,000 ਕਾਰ ਚੱਲੀ ਹੋਈ ਹੈ ਜੀ ਦੇ ਵਿੱਚ, 5,10,000 ਗੱਡੀ ਦੀ ਪ੍ਰਾਈਸ ਲਿਸਟ ਆ ਮੇਰੇ ਵੀਰਾਂ ਨੂੰ, 4,90,000 ਰੁਪਏ 'ਚ ਕਾਰ ਦੇ ਦੇਵਾਂਗੇ ਜੀ ਔਰ ਸਾਰੀ ਕਾਰ ਬਿਲਕੁਲ ਸਾਫ਼ ਓਰਿਜਨਲ ਕਾਰ ਆ ਜੀ ਔਰ ਚੈੱਕ ਕਰੋ ਗੱਡੀ ਦੀ ਅੰਦਰੋਂ ਲੁੱਕ, ਸੀਟ ਕਵਰ ਲੱਗੇ ਹੋਏ ਆ ਔਰ ਮੈਨੂਅਲ ਦੇ ਵਿੱਚ ਕਾਰ ਆ ਔਰ ਸਾਰੀ ਓਰਿਜਨਲ ਅੰਦਰੋਂ ਮੇਰੇ ਵੀਰ ਭਰਾ ਦੇਖ ਸਕਦੇ ਹੋ ਜੀ ਔਰ ਸੈਕਿੰਡ ਓਨਰ ਦੂਸਰੇ ਨਾਂ ਦੇ ਕਾਰ ਆ ਜੀ ਔਰ ਬਲੈਕ ਕਲਰ ਆ ਔਰ XUV500 ਨੰਬਰ ਲੱਗਾ ਜੀ PB13AD0056 ਕਾਰ ਨੂੰ ਨੰਬਰ ਲੱਗਾ ਹੋਇਆ, ਸਾਰੀ ਕਾਰ ਓਰਿਜਨਲ ਸਾਫ਼ ਕਾਰ ਆ ਜੀ ਔਰ ਚੱਲਦੇ ਅਗਲੀ ਕਾਰ ਵੱਲ ਵਾਸਤੇ ਲੈ ਕੇ ਆ ਗਏ ਜੀ ਵੈਨਿਊ। ਸੋ ਇਹ ਆ ਗਿਆ ਜੀ 22 ਮਾਡਲ, ਸਿਰਫ 9,900 ਚੱਲੀ ਹੋਈ ਔਰ ਟੌਪ ਵਾਲਾ ਵੇਰੀਐਂਟ SX ਮਾਡਲ ਹੈ ਜੀ ਔਰ PV11 ਲੱਗਾ ਹੋਇਆ ਨੰਬਰ ਔਰ ਸਾਰੀ ਕਾਰ ਸਾਫ਼, ਸਨਰੂਫ ਵਾਲਾ ਵੇਰੀਐਂਟ ਔਰ ਚੈੱਕ ਕਰ ਸਕਦੇ ਹੋ ਸਿਰਫ 9,000 ਕਿਲੋਮੀਟਰ ਚੱਲੀ 22 ਮਾਡਲ ਪੈਟਰੋਲ ਦੇ ਵਿੱਚ, 10,90,000 ਗੱਡੀ ਦੀ ਪ੍ਰਾਈਸ ਲਿਸਟ ਆ, 10,90,000 ਗੱਡੀ ਦੀ ਪ੍ਰਾਈਸ ਲਿਸਟ ਆ ਔਰ ਮੇਰੇ ਵੀਰਾਂ ਨੂੰ 10,70,000 ਰੁਪਏ ਦੀ ਕਾਰ ਦੇ ਦੇਵਾਂਗੇ ਔਰ ਚੈੱਕ ਕਰੋ ਜੀ ਪੁਸ਼ ਬਟਨ ਸਟਾਰਟ, ਟੌਪ ਵੇਰੀਐਂਟ ਔਰ ਸੀਟ ਕਵਰ ਲੱਗੇ ਹੋਏ ਆ ਜੀ ਵਿੱਚ ਔਰ 70 ਮੈਟ, ਬਾਕੀ ਸਕਰੀਨ ਵਿੱਚ ਲੱਗੀ ਹੋਈ ਹੈ ਜੀ ਔਰ ਸਨਰੂਫ ਵਾਲਾ ਵੇਰੀਐਂਟ ਹੈ ਜੀ।
ਚੈੱਕ ਕਰੋ ਮੇਰੇ ਵੀਰ ਭਰਾ ਜੀ। ਔਰ ਸਾਰੀ ਕਾਰ ਬਿਲਕੁਲ ਸਾਫ਼ ਬ੍ਰੈਂਡ ਨਿਊ ਕੰਡੀਸ਼ਨ ਦੀ ਔਰ ਬੰਪਰ ਟੂ ਬੰਪਰ ਸਾਰੀ ਓਰਿਜਨਲ। ਔਰ ਬੈਕ ਲੁੱਕ ਚੈੱਕ ਕਰ ਸਕਦੇ ਹੋ ਜੀ, ਨੰਬਰ ਲੱਗਾ ਜੀ PV11DC3333 ਔਰ ਨੰਬਰ ਵੀ ਪੇਟ ਲੱਗਾ ਹੋਇਆ। ਔਰ ਸਾਰੀ ਕਾਰ ਬਿਲਕੁਲ ਸਾਫ਼ ਬ੍ਰੈਂਡ ਨਿਊ ਫਸਟ ਓਨਰ ਦੀ ਕਾਰ ਮੇਰੇ ਵੀਰਾਂ ਨੂੰ 10,70,000 ਰੁਪਏ 'ਚ ਕਾਰ ਦੇ ਦੇਵਾਂਗੇ ਜੀ। ਔਰ ਚੱਲਦੇ ਹਾਂ ਜੀ ਅਗਲੀ ਵੈਨਿਊ ਵੱਲ ਹੁਣ ਜੀ। ਲਓ ਜੀ ਅੱਗੇ ਆ ਗਈ ਹੈ ਜੀ ਵੈਨਿਊ 19 ਮਾਡਲ ਔਰ ਚੈੱਕ ਕਰੋ, ਔਰ ਸਨਰੂਫ ਵਾਲਾ ਵੇਰੀਐਂਟ ਔਰ PV11 ਲੱਗਾ ਹੋਇਆ ਨੰਬਰ, ਟੋਪ ਵਾਲਾ ਮਾਡਲ ਆ ਜੀ SX ਆਪਸ਼ਨਲ। ਔਰ ਸਾਰੀ ਕਾਰ ਸਾਫ਼ ਓਰਿਜਨਲ ਕਾਰ ਹੈ ਜੀ ਔਰ 19 ਮਾਡਲ, ਸਿਰਫ 48,000 ਕਿਲੋਮੀਟਰ ਚੱਲੀ ਹੋਈ, 9,25,000 ਗੱਡੀ ਦੀ ਪ੍ਰਾਈਸ ਲਿਸਟ ਆ ਜੀ। ਕਾਰ ਮੇਰੇ ਵੀਰਾਂ ਨੂੰ 9,10,000 ਰੁਪਏ ਦੀ ਔਨ ਰੋਡ ਦੇ ਦੇਵਾਂਗੇ ਜੀ। ਔਰ ਚੈੱਕ ਕਰੋ ਕਰੋਮ ਲੱਗੀ ਹੋਈ ਆ ਔਰ ਡੋਰ ਵਾਈਜ਼ਰ ਆ ਗਏ ਆ ਜੀ ਇਹਦੇ ਵਿੱਚ, ਔਰ ਬਾਕੀ ਸੀਟ ਕਵਰ ਲੱਗੇ ਹੋਏ ਆ ਔਰ 70 ਮੈਟ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਔਰ ਸਟੇਰਿੰਗ ਅਤੇ ਕਰੂਜ਼ ਕੰਟਰੋਲ ਵਗੈਰਾ ਆ ਗਏ ਆ ਜੀ। ਔਰ ਸਾਰੀ ਕਾਰ ਬਿਲਕੁਲ ਸਾਫ਼ ਔਰ ਸਨਰੂਫ ਵਾਲਾ ਵੇਰੀਐਂਟ SX ਆਪਸ਼ਨਲ ਟੋਪ ਵਾਲਾ ਔਰ ਸਕਰੀਨ ਵਿੱਚ ਲੱਗੀ ਹੋਈ ਆ। ਔਰ ਸਾਰੀ ਕਾਰ ਬਿਲਕੁਲ ਸਾਫ਼ ਬ੍ਰੈਂਡ ਨਿਊ ਫਸਟ ਓਨਰ ਦੀ ਕਾਰ ਆ ਜੀ ਔਰ ਕੰਪਨੀ ਫਿਟਡ ਅਲਾਏ ਲੱਗੇ ਹੋਏ ਆ ਜੀ, ਚੈੱਕ ਕਰੋ ਮੇਰੇ ਵੀਰ ਭਰਾ। ਔਰ ਬੰਪਰ ਟੂ ਬੰਪਰ ਪੂਰੀ ਓਰੀਜਨਲ ਔਰ ਟਰਬੋ ਵਾਲਾ ਵੇਰੀਐਂਟ ਔਰ ਨੰਬਰ PV11CU2277 ਨੰਬਰ ਵੀ ਵਧੀਆ ਔਰ ਗੱਡੀ ਸਾਰੀ ਸਾਫ਼ ਬਿਲਕੁਲ ਜੈਨੂਅਨ ਔਰ ਫਸਟ ਓਨਰ ਦੀ ਕਾਰ ਆ। 9,25,000 ਪ੍ਰਾਈਸ ਲਿਸਟ ਆ, 9,10,000 ਰੁਪਏ ਦੀ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ ਔਰ ਟੋਪ ਮਾਡਲ। ਲਓ ਜੀ ਅੱਗੇ ਚੱਲਦੇ ਹਾਂ ਜੀ, ਅੱਗੇ ਮੇਰੇ ਵੀਰ ਭਰਾਵਾਂ ਲਈ ਲੈ ਕੇ ਆ ਗਏ ਜੀ 22 ਮਾਡਲ ਔਰ ਚੈੱਕ ਕਰੋ 22 ਮਾਡਲ PV34 ਲੱਗਾ ਹੋਇਆ ਨੰਬਰ ਔਰ ਬਿਲਕੁਲ ਫਸਟ ਓਨਰ ਦੀ ਕਾਰ। ਸੋ ਇਹ ਆ ਗਿਆ ਜੀ ਬੇਸ ਵੇਰੀਐਂਟ ਆ ਗਿਆ ਔਰ ਸਿਰਫ 12,000 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੇ ਵਿੱਚ, 8,75,000 ਗੱਡੀ ਦੀ ਪ੍ਰਾਈਸ ਲਿਸਟ ਆ, 8,60,000 ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ ਔਰ ਚੈੱਕ ਕਰੋ ਸੀਟ ਕਵਰ ਲੱਗੇ ਹੋਏ ਆ ਔਰ 70 ਮੈਟ, ਬਾਕੀ ਮੈਨੂਅਲ ਦੇ ਵਿੱਚ ਕਾਰ, ਸਾਰੀ ਕਾਰ ਅੰਦਰੋਂ ਓਰਿਜਨਲ ਬਿਲਕੁਲ ਸਾਫ਼ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਆ ਜੀ ਔਰ ਫਸਟ ਓਨਰ ਦੀ ਕਾਰ ਆ ਜੀ ਔਰ ਬੰਪਰ ਟੂ ਬੰਪਰ ਸਾਰੀ ਕਾਰ ਦੀ ਗਰੰਟੀ ਰਿਟਰਨ ਦੇ ਵਿੱਚ। ਔਰ ਬੈਕ ਲੁੱਕ ਤੋਂ ਚੈੱਕ ਕਰੋ ਜੀ, PV34C5969 ਨੰਬਰ ਲੱਗਾ ਹੋਇਆ ਜੀ ਕਾਰ ਨੂੰ ਔਰ ਬਿਲਕੁਲ ਓਕੇ ਰਿਪੋਰਟ ਕਾਰ ਸਾਰੀ ਚੱਲੀ, ਜਿੰਨੀ ਵੀ ਹੈਗੀ ਜੈਨੂਨ ਚੱਲੀ ਹੈ ਜੀ ਔਰ ਬਾਕੀ ਲੱਗੀ ਵੱਜੀ ਮੀਟਰ ਬੈਗ ਲਿਖਤੀ ਰੂਪ ਵਿੱਚ ਭੰਡਾਰੀ ਕਰ ਵੱਲੋਂ ਗਰੰਟੀ ਦਿੱਤੀ ਜਾਊਗੀ ਜੀ ਤੁਹਾਨੂੰ। ਔਰ ਲਓ ਜੀ ਅੱਗੇ ਮੇਰੇ ਵੀਰ ਭਰਾ ਜਿਹੜੇ ਕਹਿੰਦੇ ਸੀ ਵੀ ਆਟੋਮੈਟਿਕ ਦੇ ਵਿੱਚ ਵੈਨਿਊ ਲੈ ਕੇ ਆਓ, ਸੋ ਆਪਣੇ ਕੋਲ ਆਟੋਮੈਟਿਕ ਵੇਰੀਐਂਟ ਆ ਗਿਆ ਜੀ ਔਰ ਚੈੱਕ ਕਰੋ ਬਿਲਕੁਲ ਸਾਫ਼ ਕਾਰ ਔਰ ਮਾਡਲ ਆ ਗਿਆ 19 ਔਰ PV10 ਲੁਧਿਆਣੇ ਦਾ ਲੱਗਾ ਹੋਇਆ ਨੰਬਰ ਔਰ ਕਲਰ ਵੀ ਬਹੁਤ ਸੋਹਣਾ ਔਰ SX ਪਲੱਸ ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ ਔਰ ਸਿਰਫ 50,000 ਕਿਲੋਮੀਟਰ ਚੱਲੀ ਹੋਈ 19 ਮਾਡਲ, 9,25,000 ਗੱਡੀ ਦੀ ਪ੍ਰਾਈਸ ਲਿਸਟ ਆ ਔਰ ਮੇਰੇ ਵੀਰਾਂ ਨੂੰ 9,10,000 ਰੁਪਏ ਦੀ ਕਾਰ ਦੇ ਦੇਵਾਂਗੇ ਜੀ। ਔਰ ਦੇਖੋ ਜੀ ਕਰੋਮ ਲੱਗੀ ਹੋਈ ਆ ਔਰ ਅੰਦਰੋਂ ਚੈੱਕ ਕਰੋ ਗੱਡੀ ਦਾ ਇੰਟੀਰੀਅਰ ਜੀ ਔਰ ਮੈਟਿੰਗ ਗੱਡੀ ਵਿੱਚ ਹੋਈ ਆ, ਪੁਸ਼ ਬਟਨ ਸਟਾਰਟ ਔਰ ਸਨਰੂਫ ਵਾਲਾ ਵੇਰੀਐਂਟ ਆਟੋਮੈਟਿਕ ਦੇ ਵਿੱਚ, ਚੈੱਕ ਕਰ ਸਕਦੇ ਮੇਰੇ ਵੀਰ ਭਰਾ ਸਕਰੀਨ ਵਿੱਚ ਲੱਗੀ। ਔਰ ਸਾਰੀ ਕਾਰ ਬਿਲਕੁਲ ਸਾਫ਼ ਅਨਟੱਚ ਓਰਿਜਨਲ ਕਾਰ ਆ ਜੀ, ਬੰਪਰ ਟੂ ਬੰਪਰ ਸਾਰੀ ਓਰਿਜਨਲ ਸਾਫ਼ ਕਾਰ ਆ ਜੀ ਔਰ ਟਰਬੋ ਵਾਲਾ ਵੇਰੀਐਂਟ SX ਟਰਬੋ ਸਨਰੂਫ ਵਾਲਾ ਵੇਰੀਐਂਟ ਔਰ ਨੰਬਰ PV10HC8883 ਨੰਬਰ ਵੀ ਗੱਡੀ ਦਾ ਵਧੀਆ ਔਰ ਸਾਰੀ ਕਾਰ ਬਿਲਕੁਲ ਸਾਫ਼ ਜੈਨੂਨ ਚੱਲੀ ਹੋਈ। ਔਰ ਚੱਲਦੇ ਹਾਂ ਜੀ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਕੇ, ਮੇਰੇ ਵੀਰਾਂ ਨੇ ਲੈ ਕੇ ਆ ਗਿਆ ਜੀ ਵੈਨਿਊ। ਸੋ ਇਹ ਆ ਗਿਆ ਜੀ 24 ਮਾਡਲ ਔਰ ਨੰਬਰ ਚੈੱਕ ਕਰੋ PV08 ਜਲੰਧਰ ਦਾ ਲੱਗਾ ਹੋਇਆ ਨੰਬਰ ਔਰ ਸਾਰੀ ਕਾਰ ਬਿਲਕੁਲ ਸਾਫ਼ ਫਸਟ ਓਨਰ ਦੀ ਕਾਰ ਆ ਜੀ ਔਰ ਅਲਾਏ ਲੱਗੇ ਹੋਏ ਆ ਜੀ ਕੰਪਨੀ ਫਿਟਡ ਔਰ ਸਿਰਫ 8,000 ਕਿਲੋਮੀਟਰ ਕਾਰ ਚੱਲੀ SX ਵਾਲਾ ਵੇਰੀਐਂਟ ਟੋਪ ਮਾਡਲ ਔਰ ਡੀਜ਼ਲ ਦੇ ਵਿੱਚ ਔਰ 13,50,000 ਗੱਡੀ ਦੀ ਪ੍ਰਾਈਸ ਲਿਸਟ ਆ ਔਰ 13,30,000 ਰੁਪਏ ਦੀ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ। ਔਰ ਚੈੱਕ ਕਰੋ ਟੋਪ ਮਾਡਲ, ਪੁਸ਼ ਬਟਨ ਸਟਾਰਟ, ਸਕਰੀਨ ਵਿੱਚ ਲੱਗੀ, ਮੈਨੂਅਲ ਦੇ ਵਿੱਚ ਕਾਰ ਆ ਔਰ ਸਨਰੂਫ ਵਾਲਾ ਵੇਰੀਐਂਟ ਆ ਜੀ ਔਰ ਸਾਰੀ ਕਾਰ ਬਿਲਕੁਲ ਸਾਫ਼ ਓਰਿਜਨਲ, ਬੰਪਰ ਟੂ ਬੰਪਰ ਸਾਰੀ ਕਾਰ ਦੀ ਗਰੰਟੀ ਆ ਜੀ ਰਿਟਰਨ ਦੇ ਵਿੱਚ।
ਔਰ ਨੰਬਰ ਚੈੱਕ ਕਰੋ ਜੀ ਗੱਡੀ ਦਾ, PB08FK0191 ਔਰ ਡੀਜ਼ਲ ਵਾਲਾ ਵੇਰੀਐਂਟ ਆ। ਔਰ ਮੇਰੇ ਵੀਰਾਂ ਨੂੰ ਵਧੀਆ ਰੇਟ ਦੇ ਵਿੱਚ ਕਾਰ ਦੇਵਾਂਗੇ, ਸਾਰੀ ਕਾਰ ਬਿਲਕੁਲ ਸਾਫ਼ ਆ। ਔਰ ਚੱਲਦੇ ਹਾਂ ਅਗਲੀ ਕਾਰ ਵੱਲ ਜੀ ਮੇਰੇ ਵੀਰ। ਲਓ ਜੀ ਅੱਗੇ ਮੇਰੇ ਵੀਰਾਂ ਲਈ ਲੈ ਕੇ ਆ ਗਏ ਜੀ ਫਰੋਂਕਸ। ਸੋ ਇਹ ਆ ਗਿਆ ਜੀ ਡੈਲਟਾ ਪਲੱਸ ਵਾਲਾ ਵੇਰੀਐਂਟ ਔਰ 23 ਮਾਡਲ। ਔਰ ਚੈੱਕ ਕਰੋ ਗੱਡੀ ਦੀ ਲੁੱਕ, ਬਿਲਕੁਲ ਬ੍ਰੈਂਡ ਨਿਊ ਨਵੀਂ ਕਾਰ। ਔਰ ਚੱਲੀ ਵੀ ਕੁਛ ਨਹੀਂ, ਸਿਰਫ 8200 ਕਿਲੋਮੀਟਰ ਚੱਲੀ ਹੋਈ ਪੈਟਰੋਲ ਦੇ ਵਿੱਚ। ਔਰ ਆਟੋਮੈਟਿਕ ਵਾਲਾ ਵੇਰੀਐਂਟ ਆ ਜੀ। ਗੱਡੀ ਦੀ ਲੁੱਕ ਮੇਰੇ ਵੀਰ ਭਰਾ ਚੈੱਕ ਕਰ ਸਕਦੇ ਹੋ, PV91 ਲੁਧਿਆਣੇ ਦਾ ਲੱਗਾ ਹੋਇਆ ਗੱਡੀ ਨੂੰ ਨੰਬਰ ਜੀ। ਔਰ 9,45,000 ਗੱਡੀ ਦੀ ਪ੍ਰਾਈਜ਼ ਲਿਸਟ ਆ ਜੀ। ਮੇਰੇ ਵੀਰਾਂ ਨੂੰ 9,30,000 ਰੁਪਏ ਦੀ ਕਾਰ ਦੇਵਾਂਗੇ। ਬਾਕੀ ਚੈੱਕ ਕਰੋ ਗੱਡੀ ਦਾ ਅੰਦਰੋਂ ਇੰਟੀਰੀਅਰ ਔਰ ਸੀਟ ਕਵਰ ਮੈਟਿੰਗ। ਬਾਕੀ ਆਟੋਮੈਟਿਕ ਵਾਲਾ ਵੇਰੀਐਂਟ ਸਕਰੀਨ ਵਿੱਚ ਲੱਗੀ ਹੋਈ ਆ ਔਰ ਬਿਲਕੁਲ ਸਾਫ਼ ਕੰਡੀਸ਼ਨ ਦੀ ਕਾਰ, ਬ੍ਰੈਂਡ ਨਿਊ ਬੰਪਰ ਟੂ ਬੰਪਰ ਸਾਰੀ ਓਰੀਜਨਲ। ਬਾਕੀ ਡੋਰ ਵਾਈਜ਼ਰ ਅਤੇ ਕਰੋਮ ਵੀ ਲੱਗੀ ਹੋਈ ਹੈ ਜੀ। ਔਰ ਨੰਬਰ ਚੈੱਕ ਕਰੋ ਜੀ ਗੱਡੀ ਦਾ ਔਰ ਲੁੱਕ ਚੈੱਕ ਕਰੋ। ਬੈਕ ਕੈਮਰਾ ਲੱਗਾ ਹੋਇਆ PB91U0355 ਔਰ ਬਹੁਤ ਹੀ ਸੋਹਣੀ ਗੱਡੀ ਦੀ ਸ਼ੇਪ ਆ, ਲੁੱਕ ਬਹੁਤ ਸੋਹਣੀ ਆ। ਔਰ ਸਾਰੀ ਕਾਰ ਬਿਲਕੁਲ ਓਰੀਜਨਲ ਬ੍ਰੈਂਡ ਨਿਊ, ਸਿਰਫ 8000 ਕਿਲੋਮੀਟਰ ਚੱਲੀ ਹੋਈ। ਔਰ ਮੇਰੇ ਵੀਰਾਂ ਨੂੰ 9,30,000 ਰੁਪਏ ਦੀ ਕਾਰ ਦੇ ਦੇਵਾਂਗੇ ਜੀ। ਔਰ ਚੱਲਦੇ ਅਗਲੀ ਕਾਰ ਵੱਲ ਮੇਰੇ ਵੀਰਾਂ ਨੂੰ ਲੈ ਕੇ। ਲਓ ਜੀ ਅੱਗੇ ਆ ਗਈ ਮੇਰੇ ਵੀਰਾਂ ਵਾਸਤੇ ਸਕੋਰਪੀਓ ਕਲਾਸਿਕ S11। ਸੋ ਇਹ ਆ ਗਿਆ ਜੀ 24 ਮਾਡਲ ਔਰ ਚੈੱਕ ਕਰੋ ਗੱਡੀ ਦੀ ਲੁੱਕ। ਔਰ ਟੌਪ ਵਾਲਾ ਵੇਰੀਐਂਟ, ਐਕਸਟਰਾ ਲਾਈਟ ਏਅਰ ਗੱਡੀ ਨੂੰ ਲੱਗੇ ਹੋਏ ਆ ਜੀ ਪਲਾਟੀ ਦੇ। ਔਰ ਸਿਰਫ 14,000 ਕਿਲੋਮੀਟਰ ਚੱਲੀ ਹੋਈ S11 ਟੌਪ ਵਾਲਾ ਮਾਡਲ ਡੀਜ਼ਲ ਵਿੱਚ ਔਰ 24 ਮਾਡਲ। ਔਰ ਚੈੱਕ ਕਰ ਸਕਦੇ ਗੱਡੀ ਲੁੱਕ, 18,30,000 ਗੱਡੀ ਦਾ ਪ੍ਰਾਈਜ਼ ਆ। ਮੇਰੇ ਵੀਰਾਂ ਨੂੰ 18,10,000 ਰੁਪਏ ਦੀ ਕਾਰ ਦੇਵਾਂਗੇ। ਔਰ ਸੀਟ ਕਵਰ ਲੱਗੇ ਹੋਏ ਆ ਜੀ, ਚੈੱਕ ਕਰੋ ਗੱਡੀ ਦੀ ਇੱਕ ਵਾਰੀ ਲੁੱਕ ਅੰਦਰੋਂ। ਬਿਲਕੁਲ ਨਵੀਂ ਬ੍ਰੈਂਡ ਨਿਊ ਕਾਰ ਆ ਜੀ ਔਰ ਸਾਰੀ ਓਰੀਜਨਲ ਸਾਫ਼ ਬਿਲਕੁਲ ਨੀਟ ਐਂਡ ਕਲੀਨ ਕਾਰ। ਔਰ 70 ਮੈਟ ਵੀ ਲੱਗੇ ਹੋਏ ਆ ਜੀ ਔਰ ਬੈਕ ਕੈਮਰਾ ਸਕਰੀਨ ਸਾਰਾ ਕੁਝ ਆ ਜਾਂਦਾ ਇਹਦੇ ਵਿੱਚ। ਔਰ ਚੈੱਕ ਕਰੋ ਗੱਡੀ ਦੀ ਲੁੱਕ, ਸਕਾਰਪੀਓ ਕਲਾਸਿਕ S11 ਔਰ ਨੰਬਰ ਨੋਟ ਕਰ ਸਕਦੇ ਹੋ PB08FJ3817 ਲੱਗਾ ਹੋਇਆ ਜੀ ਕਾਰ ਨੂੰ ਨੰਬਰ। ਔਰ ਪੂਰੀ ਕਾਰ ਓਰੀਜਨਲ ਸਾਫ਼ ਕਾਰ ਆ ਜੀ। ਔਰ ਚੱਲਦੇ ਹਾਂ ਅਗਲੀ ਸਕਾਰਪੀਓ ਵੱਲ। ਸੋ ਅੱਗੇ ਆ ਗਈ ਹੈ ਜੀ ਸਕਾਰਪੀਓ S11 24 ਮਾਡਲ ਔਰ ਬਲੈਕ ਕਲਰ ਵਿੱਚ ਆ ਗਈ ਮੇਰੇ ਵੀਰਾਂ ਲਈ ਲੈ ਕੇ ਆ ਗਏ ਹਾਂ। ਔਰ ਟੌਪ ਵਾਲਾ ਵੇਰੀਐਂਟ ਆ ਜੀ ਔਰ ਸਾਰੀ ਕਾਰ ਸਾਫ਼ ਓਰੀਜਨਲ ਕਾਰ ਆ ਜੀ। ਔਰ 0 ਕਿਲੋਮੀਟਰ ਔਰ 19,25,000 ਗੱਡੀ ਦਾ ਪ੍ਰਾਈਜ਼ ਆ ਜੀ। ਮੇਰੇ ਵੀਰਾਂ ਨੂੰ 19,10,000 ਰੁਪਏ ਦੀ ਕਾਰ ਦੇਵਾਂਗੇ ਜੀ। ਔਰ ਚੈੱਕ ਕਰੋ ਗੱਡੀ ਦਾ ਇੰਟੀਰੀਅਰ ਅੰਦਰੋਂ, 70 ਮੈਟ ਲੱਗੇ ਹੋਏ ਆ ਔਰ ਮੈਨੂਅਲ ਦੇ ਵਿੱਚ ਕਾਰ ਔਰ ਸਾਰੀ ਕਾਰ ਓਰੀਜਨਲ ਔਰ ਕੈਪਟਨ ਸੀਟਾਂ ਵਿੱਚ ਕਾਰ ਆ ਗਈ ਆ ਜੀ। ਇਹ ਚੈੱਕ ਕਰ ਸਕਦੇ ਹੋ ਮੇਰੇ ਵੀਰ ਭਰਾ ਔਰ ਬਿਲਕੁਲ ਓਰੀਜਨਲ ਬੰਪਰ ਟੂ ਬੰਪਰ ਸਾਰੀ ਸਾਫ਼ ਕਾਰ ਆ ਜੀ। ਔਰ ਬਾਕੀ ਦੇਖ ਸਕਦੇ ਹੋ ਓਲਾਏ ਆ ਜਾਂਦੇ ਕੰਪਨੀ ਫਿਟਡ। ਔਰ ਬੈਕ ਤੋਂ ਲੁੱਕ ਚੈੱਕ ਕਰੋ ਜੀ ਗੱਡੀ ਦੀ, PB05AS2754 ਕਾਰ ਨੂੰ ਲੱਗਾ ਹੋਇਆ ਨੰਬਰ ਔਰ ਬਿਲਕੁਲ ਬ੍ਰੈਂਡ ਨਿਊ ਔਰ ਫਸਟ ਓਨਰ ਦੀ ਕਾਰ ਆ। ਮੇਰੇ ਵੀਰਾਂ ਨੂੰ 19,10,000 ਰੁਪਏ 'ਚ ਓਨਲੀ ਕਾਰ ਦੇਵਾਂਗੇ ਜੀ। ਟੌਪ ਮਾਡਲ ਆ, ਸਾਰੀ ਕਾਰ ਸਾਫ਼ ਆ ਜੀ। ਔਰ ਅੱਗੇ ਚੱਲਦੇ ਮੇਰੇ ਵੀਰਾਂ ਨੂੰ ਵਾਈਟ ਸਕੋਰਪੀਓ ਵੱਲ ਲੈ ਕੇ। ਲਓ ਜੀ ਅੱਗੇ ਆ ਗਈ ਆ ਜੀ ਸਕਾਰਪੀਓ ਕਲਾਸਿਕ S11 ਔਰ ਇਹ ਆ ਗਿਆ ਜੀ 23 ਮਾਡਲ। ਔਰ ਚੈੱਕ ਕਰੋ ਗੱਡੀ ਦੀ ਲੁੱਕ ਜੀ, ਬਹੁਤ ਸੋਹਣੀ ਲੁੱਕ ਔਰ PV31 ਲੱਗਾ ਹੋਇਆ ਕਾਰ ਨੂੰ ਨੰਬਰ ਔਰ ਸਿਰਫ 15,000 ਕਿਲੋਮੀਟਰ ਚੱਲੀ ਹੋਈ ਔਰ ਟੌਪ ਵਾਲਾ ਵੇਰੀਐਂਟ, 18,65,000 ਗੱਡੀ ਦੀ ਪ੍ਰਾਈਜ਼ ਲਿਸਟ ਆ ਔਰ 18.5 ਲੱਖ ਰੁਪਏ 'ਚ ਮੇਰੇ ਵੀਰਾਂ ਨੂੰ ਕਾਰ ਦੇਵਾਂਗੇ। ਔਰ ਚੈੱਕ ਕਰੋ ਜੀ ਸੀਟ ਕਵਰ ਲੱਗੇ ਔਰ 70 ਮੈਟ ਲੱਗੇ ਹੋਏ ਆ ਔਰ ਸਾਰੀ ਕਾਰ ਬਿਲਕੁਲ ਬ੍ਰੈਂਡ ਨਿਊ ਅੰਦਰੋਂ, ਬਿਲਕੁਲ ਨੀਟ ਐਂਡ ਕਲੀਨ ਕਾਰ ਔਰ ਕੈਪਟਨ ਸੀਟਾਂ ਦੇ ਵਿੱਚ ਆ ਗਈ ਆ ਜੀ ਇਹ ਵੀ ਔਰ ਬੰਪਰ ਟੂ ਬੰਪਰ ਸਾਰੀ ਓਰੀਜਨਲ ਆ ਜੀ। ਔਰ ਭੰਡਾਰੀ ਕਾਰ ਵੀਰ ਵੱਲੋਂ ਮੀਟਰ ਬੈਗ ਲੱਗੀ ਭੱਜੀ ਦੀ ਗਰੰਟੀ ਆ ਜੀ ਰਿਟਰਨ ਦੇ ਵਿੱਚ ਲਿਖ ਕੇ ਔਰ ਨੰਬਰ PB31X7788 ਔਰ ਨੰਬਰ ਵੀ ਬੜਾ ਪਿਆਰਾ ਪੇਡ ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਸੋ ਅੱਗੇ ਆ ਗਏ ਜੀ ਆਪਣੇ ਕੋਲ ਸਕਾਰਪੀਓ S9। ਸੋ ਮੇਰੇ ਵੀਰ ਭਰਾ ਡਿਮਾਂਡ ਕਰਦੇ ਸੀ, ਸੋ ਸਾਰੀ ਕਾਰ ਤਿਆਰ ਹੋਈ ਆ, ਘੱਟੋ ਘੱਟ 1,00,000 ਦਾ ਸਮਾਨ ਲੱਗਾ ਹੋਇਆ ਕਾਰ ਨੂੰ। ਔਰ ਦੇਖ ਸਕਦੇ ਹੋ ਅਲਾਈਟਰ ਲੱਗੇ ਹੋਏ ਆ ਜੀ ਔਰ 22 ਮਾਡਲ ਹੈ ਔਰ ਸਿਰਫ 21,000 ਕਿਲੋਮੀਟਰ ਚੱਲੀ, 17,35,000 ਦੀ 20 ਇੰਚੀ ਅਲਾਏ ਲੱਗੇ ਆ। ਔਰ ਬਾਕੀ ਅੰਦਰੋਂ ਚੈੱਕ ਕਰੋ ਗੱਡੀ ਦੀ ਲੁੱਕ ਜੀ,
ਔਰ ਲੈਦਰ ਦੇ ਐਕਸਟਰਾ ਸੀਟ ਕਵਰ ਲੱਗੇ ਹੋਏ ਆ, ਔਰ 70 ਮੈਟ ਔਰ ਸਕਰੀਨ, ਬੈਕ ਕੈਮਰਾ। ਬਾਕੀ ਚੈੱਕ ਕਰੋ ਅੰਦਰੋਂ ਗੱਡੀ ਦੀ ਲੁੱਕ, ਔਰ ਫੋਲਡਿੰਗ ਸੀਟਾਂ ਵਾਲੀ ਆ ਗਈ ਹੈ ਜੀ ਇਹ, ਔਰ ਬਹੁਤ ਹੀ ਸੋਹਣੀ ਗੱਡੀ ਦੀ ਲੁੱਕ ਆ, ਸਾਰੀ ਬੰਪਰ ਟੂ ਬੰਪਰ ਓਰੀਜਨਲ ਔਰ ਫੁੱਲ ਤਿਆਰ ਹੋਈ, ਮੋਡੀਫਾਈ ਹੋਈ ਜੀ। ਔਰ S9 ਵਾਲਾ ਵੇਰੀਐਂਟ, ਔਰ ਨੰਬਰ ਲੱਗਾ ਜੀ PV36J1426, ਔਰ ਸਾਰੀ ਕਾਰ ਬਿਲਕੁਲ ਸਾਫ਼ ਬ੍ਰੈਂਡ ਨੂੰ ਕਾਰ ਆ ਜੀ, ਔਰ ਅਨਟੱਚ ਬੰਪਰ ਟੂ ਬੰਪਰ ਸਾਰੀ ਓਰੀਜਨਲ ਆ। ਮੇਰੇ ਵੀਰਾਂ ਨੂੰ 17,20,000 ਰੁਪਏ ਦੀ ਕਾਰ ਦੇ ਦੇਵਾਂਗੇ ਜੀ।